कैबिनेट एक्स कैबिनेट मिनिस्टर सुखजिंदर सिंह रंधावे का मुंडा 2019 तो साढ़े नाल धक्का करी जाता अपने दोस्तों नाल कोई के गया सी खाना खान डिनर करन उत्थे इन्हें वॉशरूम च वेख के मैं पंच किया जी मैं भज के एस्केप होया उस तो बाद इन्होंने मैं गड्डी दे विच पा के मेरे गन पॉइंट ਨਾਲ ਮੈਨੂੰ ਗੱਡੀ ਦੇ ਵਿੱਚ ਇਹਨਾਂ ਨੇ ਧਮਕਾਇਆ ਜੀ ਰੰਧਾਵਾ ਜੀ ਪ੍ਰੈਸ਼ਰ ਪਾ ਰਹੇ ਸੀ ਮੁੰਡੇ ਤੇ ਕਿ ਹਾਂ ਵੀ ਕੰਪਰੋਮਾਈਜ਼ ਕਰੋ ਹੁਣ ਵੀ ਅੰਦਰ ਬੈਠੇ ਆ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਤੇ ਇੱਕ ਨੌਜਵਾਨ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ ਦੱਸ ਦਈਏ ਕਿ ਘਟਨਾ ਦੇਰ ਰਾਤ ਦੀ ਹੈ ਜਦੋਂ ਸੈਕਟਰ 17 ਦੇ ਇੱਕ 5 ਸਟਾਰ ਹੋਟਲ ਦੇ ਵਿੱਚ ਇਹ ਝਗੜਾ ਹੋਇਆ ਹੈ ਜਿਸ ਦੌਰਾਨ ਲਾਅ ਦੇ ਵਿਦਿਆਰਥੀ ਦੀ ਕੁੱਟਮਾਰ ਕੀਤੀ ਗਈ ਹੈ ਦੱਸ ਦਈਏ ਕਿ ਲਾਅ ਦੇ ਵਿਦਿਆਰਥੀ ਨਿਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਜਦੋਂ ਉਹ ਆਪਣੇ ਦੋਸਤਾਂ ਨਾਲ ਹੋਟਲ ਦੇ ਵਿੱਚ ਖਾਣਾ ਖਾਣ ਗਿਆ ਸੀ ਤਾਂ ਉਸ ਦੌਰਾਨ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਨੇ ਉਸ ਦੇ ਨਾਲ ਦੁਰਵਿਵਹਾਰ ਕੀਤਾ ਤੇ ਜਿਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਤੋਂ ਬਾਅਦ ਉਸਨੇ ਆਪਣੇ ਰਿਸ਼ਤੇਦਾਰਾਂ ਨੂੰ ਸੱਦ ਲਿਆ ਤੇ ਆਪਣੇ ਗਨਮੈਨਾਂ ਨੂੰ ਸੱਦ ਲਿਆ ਜਿਨ੍ਹਾਂ ਨੇ ਇਕੱਠੇ ਹੋ ਕੇ ਉਸ ਦੀ ਕੁੱਟਮਾਰ ਕੀਤੀ ਉਸ ਨੂੰ ਗੱਡੀ ਦੇ ਵਿੱਚ ਸੁੱਟ ਲਿਆ ਤੇ ਉਸ ਤੋਂ ਬਾਅਦ ਉਸ ਦੇ ਨਾਲ ਬੁਰੀ ਤਰ੍ਹਾਂ ਉਸ ਦੀ ਕੁੱਟਮਾਰ ਕੀਤੀ ਹੈ ਜਿਸ ਤੋਂ ਬਾਅਦ ਉਸ 'ਤੇ ਰਾਈਫਲ ਤਾਣ ਕੇ ਮਾਰਨ ਦੀ ਵੀ ਧਮਕੀ ਦਿੱਤੀ ਹੈ ਹਾਲਾਂਕਿ ਇਹ ਮਾਮਲਾ ਉਸ ਤੋਂ ਬਾਅਦ ਸੈਕਟਰ 17 ਦੇ ਪੁਲਿਸ ਸਟੇਸ਼ਨ ਦੇ ਵਿੱਚ ਵੀ ਪਹੁੰਚਿਆ ਹੈ ਜਿੱਥੇ ਆਪਸ ਦੇ ਵਿੱਚ ਉੱਥੇ ਜਾ ਕੇ ਵੀ ਬਹਿਸਬਾਜ਼ੀ ਹੋਈ ਹੈ ਹਾਲਾਂਕਿ ਨਿਰਬੀਰ ਸਿੰਘ ਗਿੱਲ ਨੇ ਇਲਜ਼ਾਮ ਲਾਏ ਨੇ ਕਿ ਉਸ ਦੇ ਸਿਰ 'ਤੇ ਸੱਟ ਲੱਗੀ ਹੈ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਸਿਰ ਦੇ ਵਿੱਚ ਟਾਂਕੇ ਵੀ ਲਵਾਏ ਗਏ ਨੇ ਤਾਂ ਦੱਸ ਦਈਏ ਕਿ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਤੇ ਇਹ ਇਲਜ਼ਾਮ ਲੱਗੇ ਨੇ ਕਿ ਇੱਕ ਲਾਅ ਦੇ ਵਿਦਿਆਰਥੀ ਦੀ ਕੁੱਟਮਾਰ ਕੀਤੀ ਗਈ ਹੈ ਤੇ ਉਧਰ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਘਟਨਾ ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ ਜਦੋਂ ਨਿਊਜ਼ 18 ਪੰਜਾਬ ਦੇ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਇੰਨਾ ਹੀ ਕਿਹਾ ਕਿ ਉਹਨਾਂ ਦੀ ਮੀਟਿੰਗ ਹੈ ਉਦੈਪੁਰ ਦੇ ਵਿੱਚ ਤੇ ਉਹ ਫਲਾਈਟ ਰਾਹੀਂ ਉਦੈਪੁਰ ਜਾ ਰਹੇ ਨੇ ਉਹਨਾਂ ਨੇ ਇਸ ਸੰਬੰਧੀ ਹਾਲੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ ਦੂਜੇ ਪਾਸੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਦੀ ਗੱਲ ਆਖੀ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਦੋਹਾਂ ਪਾਸਿਆਂ ਤੋਂ ਸ਼ਿਕਾਇਤਾਂ ਮਿਲੀਆਂ ਨੇ ਅਤੇ ਅਸੀਂ ਜਾਂਚ ਕਰ ਰਹੇ ਹਾਂ ਇਸ ਸੰਬੰਧੀ ਪੀੜਤ ਧਿਰ ਦਾ ਕੀ ਕਹਿਣਾ ਤੁਹਾਨੂੰ ਸੁਣਾਉਂਦੇ ਹਾਂ ਕੈਬਨਿਟ ਐਕਸ ਕੈਬਨਿਟ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵੇ ਦਾ ਮੁੰਡਾ 2019 ਤੋਂ ਸਾਡੇ ਨਾਲ ਧੱਕਾ ਕਰੀ ਜਾਂਦਾ ਅੱਜ ਮੈਂ ਆਪਣੇ ਦੋਸਤਾਂ ਨਾਲ ਕੋਈ ਕੋਈ ਗਿਆ ਸੀ ਖਾਣਾ ਖਾਣ ਡਿਨਰ ਕਰਨ ਉੱਥੇ ਇਹਨੇ ਵਾਸ਼ਰੂਮ 'ਚ ਵੇਖ ਕੇ ਮੈਨੂੰ ਪੰਚ ਕੀਤਾ ਜੀ ਇਹਦੀ ਸਾਰੀ ਫੈਮਿਲੀ ਨੇ ਮੈਨੂੰ ਉੱਥੇ ਪੰਚ ਕੀਤਾ ਮੈਂ ਉੱਥੋਂ ਆਇਆ ਭੱਜ ਕੇ ਆਇਆ ਉੱਥੋਂ ਮੈਂ ਭੱਜ ਕੇ ਐਸਕੇਪ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਗੱਡੀ ਦੇ ਵਿੱਚ ਪਾ ਕੇ ਮੇਰੇ ਗਨ ਪੁਆਇੰਟ ਨਾਲ ਮੈਨੂੰ ਗੱਡੀ ਦੇ ਵਿੱਚ ਇਹਨਾਂ ਨੇ ਧਮਕਾਇਆ ਜੀ ਹਾਂਜੀ ਬਿਲਕੁਲ ਸੀਗੇ ਆ ਮੈਂ ਫੋਨ ਦੇ ਵਿੱਚੋਂ ਹੁਣ ਵੀਡੀਓ ਡਿਲੀਟ ਕਰਵਾਈ ਹੈ ਜੀ ਉਹ ਆਪਾਂ ਦੁਬਾਰਾ ਕਢਵਾਵਾਂਗੇ ਕੱਲ੍ਹ ਨੂੰ ਗਨਮੈਨ ਦੋ ਪਤਾ ਨਹੀਂ ਤਿੰਨ ਸੀਗੇ ਜੀ ਬਿਲਕੁਲ ਕੀਤੀ ਹੈ ਜੀ ਗੱਲ ਨੂੰ ਤਾਂ ਕੀ ਲੈ ਕੇ ਜੀ ਜਿਵੇਂ ਲੋਕਾਂ ਦੇ ਛਿੱਤਰ ਮਾਰਦੇ ਆ ਥੋੜਾ ਜ਼ਿਆਦਾ ਬਣੇ ਹੋਏ ਆ ਵੈਸੇ ਖਾਣਾ ਖਾ ਰਹੇ ਸੀ ਵਿਵਾਦ ਸੈਕਟਰ 17 ਜੀ ਪਰ ਇੱਕ ਗੱਲ ਕਹਿ ਦੇਣੇ ਚਾਹੁੰਦਾ ਜੀ ਇਹ ਲੋਕਾਂ ਨਾਲ ਧੱਕਾ ਕਰ ਸਕਦੇ ਆਪਣੇ ਨਾਲ ਨਹੀਂ ਕਰ ਸਕਦੇ ਜਿਵੇਂ ਆਪਣੇ ਨਾਲ ਕੀਤੀ ਆ ਜੋ ਮਰਜ਼ੀ ਹੋ ਜਾਵੇ ਮੈਂ ਉਵੇਂ ਕਰੂੰਗਾ ਪਹਿਲਾਂ ਧੱਕਾ ਕਰੀ ਜਾਂਦੇ ਆ ਜੀ ਇਹ ਐਡਮਿਨਿਸਟ੍ਰੇਸ਼ਨ ਨੂੰ ਵੀ ਚਾਹੀਦਾ ਇਹਨਾਂ ਨੂੰ ਫਰੀ ਦੀਆਂ ਪਾਵਰਾਂ ਦਿੱਤੀਆਂ ਹੋਈਆਂ ਲੋਕਾਂ ਨੂੰ ਤੰਗ ਕਰਨ ਨੂੰ ਦਿੱਤੀਆਂ ਹੋਈਆਂ ਜਾਂ ਲੋਕਾਂ ਦਾ ਭਰਾ ਕਰਨ ਨੂੰ ਦਿੱਤੀਆਂ ਹੋਈਆਂ ਪਾਵਰਾਂ ਇਹਨਾਂ ਨੂੰ ਇਹਨੂੰ ਗਨਮੈਨ ਦੀ ਕੀ ਰਿਕੁਆਇਰਮੈਂਟ ਹੈ ਜੀ ਪਹਿਲਾਂ ਇਹ ਗੱਲ ਦੱਸੀ ਜਾਵੇ ਗਨਮੈਨ ਲੋਕਾਂ ਨੂੰ ਕੁੱਟਣ ਨੂੰ ਰੱਖੇ ਆ ਦਬਾਅ ਤਾਂ ਜਦੋਂ ਗਨਮੈਨ ਚਾਰ ਨਾਲ ਚੱਕੀ ਫਿਰਦੇ ਦਬਾਅ ਤਾਂ ਆਪੇ ਹੀ ਹੈ ਜੀ ਇੰਨਾ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਜੀ ਅਸੀਂ ਪੜ੍ਹਨ ਵਾਲੇ ਬੱਚੇ ਅੰਦਰ ਮੈਨੂੰ ਕੰਪਰੋਮਾਈਜ਼ ਕਰਨ ਨੂੰ ਕਹਿ ਰਹੇ ਸੀਗੇ ਜੀ ਮੈਂ ਕਿਹਾ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ ਉਹਨੇ ਐਲਕੋਹਲ ਇਨਟੇਕ ਲਿਆ ਹੋਇਆ ਸੀਗਾ ਜੀ ਮੈਂ ਰਿਕੁਐਸਟ ਕਰਦਾ ਵੀ ਉਹਦੇ ਟੈਸਟ ਦੁਆਰਾ ਕਰਵਾਏ ਜਾਣ ਮੈਂ ਲਾਅ ਕਰ ਰਿਹਾ ਜੀ ਪੰਜਾਬ ਯੂਨੀਵਰਸਿਟੀ 'ਚ ਥੈਂਕ ਯੂ ਅਭੀ ਸੁਖੀ ਰੰਧਾਵਾ ਜੀ ਪ੍ਰੈਸ਼ਰ ਪਾ ਰਹੇ ਸੀ ਮੁੰਡੇ 'ਤੇ ਕਿ ਹਾਂ ਵੀ ਕੰਪਰੋਮਾਈਜ਼ ਕਰੋ ਹੁਣ ਵੀ ਅੰਦਰ ਬੈਠੇ ਆ ਠੀਕ ਆ ਤਾਂ ਚਲੋ ਜੋ ਵੀ ਕੀਤਾ ਉਹ ਮਾੜਾ ਕੀਤਾ ਉੱਥੋਂ ਵੀ ਇਹਨੂੰ ਜੋ ਵੀ ਲੈ ਕੇ ਨਾ ਉਹ ਆਪਦੀ ਗੱਡੀ 'ਚ ਲੈ ਕੇ ਕੁੱਟਮਾਰ ਕਰਕੇ ਇੱਥੇ ਲੈ ਕੇ ਇੱਥੇ ਆ ਕੇ ਉਹਨਾਂ ਨੇ ਇਹਨਾਂ ਪੁਲਿਸ ਨੂੰ ਵੀ ਗਾਲਾਂ ਕੱਢੀਆਂ ਫਿਰ ਉਹ ਇਹਨਾਂ ਨੇ ਅੱਗੋਂ ਵੈਪਨ ਕੱਢੇ ਪੁਲਿਸ ਨੇ ਚੰਡੀਗੜ੍ਹ ਪੁਲਿਸ ਨੇ ਪੰਜਾਬ ਪੁਲਿਸ ਨਾਲ ਉਹਨੇ ਗਨਮੈਨ ਸੀ ਉਹਨਾਂ ਵੈਪਨ ਕੱਢੇ ਵੈਪਨ ਕੱਢਣ ਹਾਂ ਉਹਦੀ ਤੁਸੀਂ ਦੇਖ ਲਿਓ ਉਹਨਾਂ ਨੇ ਵੈਪਨ ਕੱਢੇ ਫਿਰ ਜਾ ਕੇ ਗਾਲਾਂ ਕੱਢੀਆਂ ਜੀ ਇਹਨਾਂ ਨੂੰ ਮੁਲਾਜ਼ਮਾਂ ਨੂੰ ਪੁੱਛੋ ਜੀ ਆਓ ਜੀ ਇੱਕ ਵਾਰੀ ਅੱਗੇ ਉਹਨਾਂ ਨਾਲ
पता लग जूगा जी इन्होंने पुलिस नाल बदतमीजी की। पर मैं ये गल कहना चाहना कैमरे के राही भी लोग वेख लैन भी आप इन्हों का धक्का सहना कि नहीं सहना। मैं तो सहना नहीं गा जी, पहला भी नहीं सहा हूँ भी नहीं सहना। जो मंत्री रब ने लाए आ कोई लोगों छित्र मारन तो ला नहीं दते, जे छित्र मारन जाते जी छित्र दोबारा पेंदे भी होंगे। ठीक है, जे बाकी लोग डिसाइड कर लैन भी इन्हों तो आप करवानी है कि नहीं करवानी, जे सारी उम्र छित्र ही खाई जाने तो उवें चल लाँगे। मैनू तो लगता भी मंत्री लोगों का फायदा करने वास्ते होंगे, एडमिनिस्ट्रेशन कंट्रोल करने वास्ते होंगे, लॉ एंड ऑर्डर मेनटेन करने वास्ते होंगे। मैं नहीं यह लगता भी मंत्री लोगों को कुटन या उन्होंने बच्चे लोगों को कुटन होंगे दबाव पाने होंगे। जो असं आए ना जी, ये मुंडे अंदर बिठा रखे से, उन्होंने मुंडे को स्पैशल गड्डी के इनोवा एसी लागे बिठाया। जे असी ना आते तो इन उदों भी प्रैशर पा रहे थे, ना तो मेडिकल करा रहे थे। असी आए सारे ने यूनिवर्सिटी जो सानू पता लगा तो फिर वो बच्चे इन्हें तार के इधरले रूम च लै गए, फिर यदा मेडिकल नहीं करवाते, फिर यदा मेडिकल करवाए, मेडिकल करवा के फिर यदा जो भी बयान लए तो पहले इस चीज़ तो मुकर मतलब मेडिकल करवा ही नहीं रहे। इन्नी देर अंदर गल की हो रही थी, प्रैशर पा रहे जी। कॉम्प्रो देखो अंदर बैठे हुए सुखी रंधावा जी, आप जी उन्होंने गनमैन हो गए जी सारे 20-25, फिर उन्होंने मान लो होर काफ़ी सारे उन्हें 10-15 मुंडे बुलाए हुए तो वो ये प्रैशर पा रहे थे कॉम्प्रोमाइज़ कर जिवें मर्जी कर। तो यू देखो कोई भी आप छित्र खा के कदम कॉम्प्रोमाइज़ थोड़ो करा जी, दसो कमाल हो गई जी। हाँ जी देखो जो भी है मान लो मेडिकल कराया, जो भी रिपोर्ट आँदी है उसके आधार पर मान लो जो भी है कार्रवाई की जाए जी। देखो जिहड़े हिसाब नाल पुलिस नूं गालां कढ रहे सी मैनूं तां नहीं लगता जी वह भी कोई कुछ भी होगा। आप बैठे हुए अंदर जी, पुलिस नूं तां उन्होंने आके गालां कढ़ियां जी, उन्होंने गनमैन ने जदों इहनूं लै के आए गड्डी सुट के लैके आए जी, इत्थे कुट के लै नाले अंदर कुट्टिया इहनूं गड्डी 'च बिठा के भी कुट्टिया उन्होंने। तो हाँ शिकायत उन्होंने दित्ता की है, लिख के की शिकायत दे विच दित्ता जी भी सैक्टर 17 दे विच मैनूं वाशरूम 'च मिलिया। कीड़ी जगह वाशरूम कोयो कोयो जी, उत्थे इहने मैनूं पंच कीता। अगों मैं जिन्ना कहने मैनूं कीता जी मैं रिवर्ट कीता, बट जो मैं उतों बहर आया इन्हों की सारी फैमिली उत्थे मैं पंच करन लग गई है जी। बट मैं कानून के दायरे के रह के कहना चाहना भी आपां नूं अगों फाइट बैक करना नहीं शोभा दिंदा, पर मैं ये दसना चाहना जी भी इन्हां नाल करनी तो वह बनती है भी सिंघ वाली की जाए, जिवें सिंघ करते हैं ना जी, जिवें धक्का हुंदा करनी तो वह बनती है, पर कानून है कानून के उत्ते छड्डिया भी वह की करते हैं।